ਅਸਲਾਮੁਅਲੈਕੁਮ ਦੋਸਤੋ, ਮੈਂ ਮੁਹੰਮਦ ਅਸਮਰ ਅੰਸਾਰੀ ਸਾਰੇ ਯੂਟਿਊਬ ਚੈਨਲ ਦੇ ਪਿਓਮਿਟ ਦੇ ਬੋਲ ਸਾਰੇ ਕੀ ਦੇ ਅਤੇ ਸੁਬਾਹ ਦਾ ਜਿਹੜਾ ਨਾ ਅੱਜ ਤਾਂ ਵਿਲਾਗ ਕਰਨ ਦੇ ਪਏ ਦੋਸਤ ਨਾਲ ਮੁਲਾਕਾਤ ਹੈ ਫਾਜ਼ਿਲਪੁਰ ਜੁਲਦੇ ਪਏ ਅਤੇ ਤਾਂ ਕੋਈ ਦੋਸਤ ਨਾਲ ਮੁਲਾਕਾਤ ਕਰਵਾ ਦਿਉ ਔਰ ਉਹਦਾ ਕੰਮ ਕਾਰ ਆ ਕੇ ਮੇਰਾ ਕੋਈ ਕੰਮ ਹੈ ਤੇਰੇ ਕੋਲੋਂ ਉਹਦੇ ਨਾਲ ਜੁਲਦੇ ਹੈ ਕੰਮ ਦਾ ਪਤਾ ਕਰਨ ਵੀ ਕਿਆ ਕੰਮ ਹੈ ਉਹ ਦੋਸਤ ਦਾ ਦੋਸਤ ਆਮਨ ਸਦਾ ਆਮਨ ਔਰ ਦੁਆ ਹੈ ਕਿ ਤੁਸੀਂ ਖੁਸ਼ ਅਤੇ ਬਾਦਸ਼ਾਹ ਰਹੋ ਜੁਲਦੇ ਪਏ ਹੈ ਆਪਣੇ ਦੋਸਤ ਕੋਲੋਂ ਫਾਜ਼ਿਲਪੁਰ। ਅਸਲਾਮ ਵਾਲੇਕੁਮ ਦੋਸਤ, ਕੀ ਹਾਲ ਹੈ? ਖੈਰੀਅਤ ਠੀਕ ਹੈ? ਠੀਕ ਠਾਕ ਤੱਕੜੇ ਯਾਰ, ਸਵੇਰੇ ਫੋਨ ਕੀਤੇ ਪਿਆ ਮੈਂ ਕੋ ਮਿਲਣਾ ਮੇਰੇ ਕੋ ਭਾਈ ਚਲੋ ਦੋਸਤ ਕੋ ਹਾਜ਼ਰੀ ਦੇਣ ਨੂੰ ਬਿਆ ਖੈਰੀਅਤ ਠੀਕ ਬਿਲਕੁਲ ਠੀਕ ਬੈਠੋ ਬਿਹਤਰੀਨ ਸੀ ਬਿਹਤਰੀਨ ਸਾਡੇ ਕੋਲੋਂ ਕਿਆ ਕਰੇ ਮੇਰੇ ਕੋਲੋਂ ਕੰਮ ਥੀ ਸਕਦਾ ਤੋ ਕੋ ਕਿਆ ਕੰਮ ਥੀ ਕਿਆ ਕੰਮ ਦੇ ਕੋ ਮੇਰੇ ਕੋ ਸੱਡੀ ਪੈਸੇ ਦੇਣੇ ਹਨ ਮੈਂ ਸੱਡਿਆ ਸੇ ਹਾਂ ਦੇਖੋ ਹੁਣ ਬੰਦੀ ਪੂਰੇ ਤਰੀਕੇ ਨਾਲ ਆਉਂਦਾ ਠੀਕ ਹੈ ਠੀਕ ਹੈ ਤਾਂ ਕੋਈ ਪੈਸੇ ਤਾਂ ਬਾਅਦ ਦੇਖੋ ਪਹਿਲੇ ਸੌਦੇ ਚੱਲਿਓ ਮਿਰਚਾਂ ਕਿਵੇਂ ਲੈਂਦਾ ਪਿਓ ਮੈਂ ਯਾਰ ਉਹ ਖਾਵਣਾ ਲਿਆ ਮਿਰਚਾਂ ਵਾਸਤਾ ਸਵੇਰੇ ਸਵੇਰੇ ਮਿਰਚਾਂ ਨੇ ਇਹ ਮੇਰੇ ਕੋਲ ਮਿਰਚਾਂ ਨਹੀਂ ਲੈਂਦਾ ਦੋਸਤੋ ਇਹ ਬਾਟ ਵਾਲੇ ਪਾਸੇ ਚਲਿਆ ਗਿਆ ਤਾਂ ਮੈਂ ਮਿਰਚਾਂ ਚਾ ਕੇ ਨਾ ਅਦੇ ਤੱਕ ਢੇਰ ਹੈ ਬ੍ਰੈਡ ਇਸ ਦੋਸਤ ਕੋਲ ਮਿਰਚਾਂ ਚੰਦੇ ਪਿਆ ਸੀ ਅੱਛਾ ਦੂਜਾ ਯਾਰ ਬਰਤਨੇ ਵਾਲਾ ਸਾਬਣ ਇਹ ਬਰਤਨੇ ਵਾਲਾ ਸਾਬਣ ਚਾ ਕੇ ਦੇ ਸਾਬਣ ਇੱਕ ਲੱਖ ਸਾਬਣ ਵੀ ਗਿਣਦੇ ਪਿਆ ਸੀ ਦੋਸਤ ਕੋਲ ਆਏ ਹੁਣ 300 ਰੁਪਏ ਲੈ ਲੈ ਇੱਕ 300 ਦਾ ਪੈਕੇਜ ਹੈ ਪੈਕੇਜ ਦੋਸਤੋ ਸਾ ਘਾਹ ਹੀ ਨੜਾਏ ਖੜਿਆ ਤੇ ਦੋਸਤ ਕੋਲ 300 ਰੁਪਏ ਰੇਟ ਲਗਾ ਪਿਆ ਘਾਹ ਬਰਸੀ ਨਾ ਉੱਥੇ ਜਿਆਦਾ ਠੀਕ ਹੈ ਤੁਰੇ ਦੀ ਰੋਸ਼ਨੀ ਜ਼ਿਆਦਾ ਸੀ ਇਹ ਧੁੱਪ ਦਿੱਤੀ ਹੈ ਬਰਸੀ ਨਾ ਯਕਦਮ ਨੇ ਚਾਹ ਸਰਦੀ ਦੀ ਵਜ੍ਹਾ ਤੋਂ ਨਾ ਨਿਕਲਦੇ ਪਏ ਹਨ ਥੋੜਾ ਸਾ ਦੋਸਤ ਕੋਲ ਘਾਹ ਗਿੰਦੋ ਘਾਹ ਦਾ ਰੇਟ ਜਿਹੜਾ 300 ਰੁਪਏ ਲਈ ਪੈਣ ਸਸਤਾ ਸੀ ਗਿਆ ਘਾਹ ਦੋਸਤ ਜਿਹੜਾ ਟੋਕਾ ਬਣਾਉਂਦਾ ਬਏ